ਕਿਸਾਨ ਆਪਣੇ ਹੱਕ ਵਾਸਤੇ ਲੜ ਰਿਹਾ ਆ, ਕੋਈ ਚੋਰ ਤਾਂ ਨਹੀਂ ਹੈਗੇ ਆ, ਰਸਤੇ ਨੂੰ ਖੋਲੋ, ਲੰਘਾਓ ਅੱਗੇ, ਜਾਣ ਦਿਓ ਦਿੱਲੀ, ਲਾਉਣ ਦਿਓ ਧਰਨਾ। ਸਭ ਭਰਦੇ ਹੈ, ਇਕੱਲੀ ਸਰਕਾਰ ਦੀਆਂ ਸੜਕਾਂ ਨਹੀਂ ਹੈ, ਪਰ ਜ਼ਿਆਦਾ ਉੱਥੇ ਲੰਘਦੇ ਆ, ਪਰਚੀ ਹਰ ਇੱਕ ਕਟਾਉਂਦਾ, ਇਹ ਰੋਡ ਕਿਉਂ ਬੰਦ ਕਰਦੇ ਹੈ ਨਾ ਜੀ? ਇੱਥੇ ਸਰਕਾਰ ਦੇ ਇੱਥੇ ਗੋਲੇ ਖਾਣ ਨੂੰ ਆਈ, ਇਹ ਬਜ਼ੁਰਗ ਬੰਦੇ ਨੇ ਜਿਹਨਾਂ ਦਾ ਸੱਟਾਂ ਲੱਗਦੀਆਂ ਨੇ, ਉਹਨਾਂ ਦਾ ਕੀ ਹਾਲ ਹੈ? ਕਿਆ ਉਹਦੇ ਹਰਿਆਣਾ ਸਰਕਾਰ ਦਾ ਮਾਂ ਬਾਪ ਨਹੀਂ ਹੈ? ਖੱਟੜ ਹੁਣ ਮਰਿਆ ਵਾ ਕਿਤੇ, ਖੱਟੜ ਕਿਤਾ ਮੁੱਛਾਂ ਵੱਟਣ ਆਇਆ ਸੀ, ਕਿਹੜੇ ਖੜੀ ਆ ਪਬਲਿਕ? ਇਹਨਾਂ ਕੋਲ ਕੋਈ ਹਥਿਆਰ ਤਾਂ ਨਹੀਂ ਹੈ, ਕੋਈ ਗੋਲੀਆਂ ਨਹੀਂ ਲਈ ਖੜੇ ਇਹ, ਵੀ ਇਹ ਗੋਲੀਆਂ ਉਹਨਾਂ ਕੋਲ ਦਾਗਦੇ ਨੇ, ਪਰ ਪਰਾਂ ਤਾਂ ਗੋਲੀ ਉਰਾ ਕਿਉਂ ਆਉਂਦੀ ਹੈ? ਫਿਲਹਾਲ ਸ਼ੰਭੂ ਬਾਰਡਰ ਤੇ ਮੌਜੂਦ ਆ, ਔਰ ਕਿਸਾਨ ਅੰਦੋਲਨ ਇਸ ਵੇਲੇ ਭਖਿਆ ਪਿਆ। ਇਸ ਅੰਦੋਲਨ ਦੇ ਵਿੱਚ ਹਾਲਾਤ ਤਣਾਅਪੂਰਵਕ ਹੁੰਦੇ ਜਾ ਰਹੇ ਨੇ। ਕਿਸਾਨ ਜਿਹੜੇ ਨੇ ਇਸ ਸਰਹੱਦ ਤੇ ਬੈਠੇ ਨੇ, ਨਾ ਸਿਰਫ ਮਰਦ ਸਗੋਂ ਬੀਬੀਆਂ ਵੀ ਹੁਣ ਇਸ ਦਾ ਹਿੱਸਾ ਬਣ ਗਈਆਂ ਨੇ, ਔਰ ਡਟ ਕੇ ਆਪਣੇ ਕਿਸਾਨ ਭਾਈਆਂ ਨਾਲ, ਆਪਣੇ ਪਰਿਵਾਰਕ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਈਆਂ ਨੇ ਸਾਡੇ ਨਾਲ। ਕੁਝ ਕਿਸਾਨ ਬੀਬੀਆਂ ਵੀ ਮੌਜੂਦ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਭੈਣ ਜੀ, ਸਭ ਤੋਂ ਪਹਿਲਾਂ ਦੱਸਿਓ ਕਿੱਥੋਂ ਆਏ? ਅਸੀਂ ਗਦਾਪੁਰ ਪਿੰਡ ਤੋਂ ਜੀ। ਹਾਂਜੀ ਬਾਬਾ, ਭਖਿਆ ਪਿਆ ਮਾਹੌਲ ਇੱਥੇ, ਤਾਂ ਕਦੀ ਵੀ ਗੋਲੇ ਗੋਲੇ ਸਿੱਟੀ ਜਾਂਦੇ ਤੁਸੀਂ? ਹਾਂਜੀ, ਅਸੀਂ ਵੀ ਆਪਣੇ ਕਿਸਾਨਾਂ ਨਾਲ ਆਏ ਜੀ, ਹੱਕ ਵਾਸਤੇ, ਆਪਣੇ ਹੱਕ ਵਾਸਤੇ ਆਏ ਜੀ। ਹਾਂਜੀ, ਤੁਹਾਡੇ ਵੀ ਘਰ ਦੇ ਜੀ ਆਏ ਹੋਣੇ? ਹਾਂਜੀ ਹਾਂਜੀ, ਸਾਰੇ ਜੀ ਆਏ ਹੋਏ ਆ, ਘਰ ਦੇ ਸਾਰੇ ਆਏ ਹੋਏ ਜੀ। ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ? ਹਾਂਜੀ ਹਾਂ, ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਵੀ ਆਪਣਾ ਹੱਕ ਮੰਗਣ ਆਏ ਆ ਜੀ। ਮੁੜ ਕੇ ਗਾਂ ਜਦ ਆਪਾਂ ਜਾਂਦੇ ਆ, ਉੱਥੇ ਤਾਂ ਵਾਵਾ ਮਾਹੌਲ ਖਰਾਬ, ਗੋਲੇ ਛੱਡਦੇ ਆ ਜੀ, ਫਿਰ ਪਿੱਛੇ ਨੂੰ ਮੁੜਨਾ ਪੈਂਦਾ ਹੈ, ਮਾਕੇ ਚੱਲਦੇ। ਹਾਂਜੀ, ਅਸੀਂ ਅੱਗੇ ਤੋਂ ਹੀ ਆਏ ਮੁੜ ਕੇ। ਅੱਛਾ, ਹਾਂਜੀ, ਉੱਥੇ ਬਹੁਤ ਵਾਵਾ ਮਾੜਾ ਹਾਲ ਆ। ਹਾਂਜੀ, ਬਹੁਤ ਜ਼ਿਆਦਾ ਮਾੜਾ ਹਾਲ ਹੈ, ਇਹੋ ਜਿਹਾ ਕਰਨਾ ਨਹੀਂ ਚਾਹੀਦਾ ਜੀ, ਸਰਕਾਰ ਨੂੰ ਬਹੁਤ ਗਲਤ ਕਰ ਰਹੀ ਹੈ। ਅੱਛਾ, ਇੰਨੇ ਇੰਨੇ ਅਸੀਂ ਜੀ ਦੇਖ ਲਏ, ਇੰਨੇ ਬੰਦੇ ਇੱਥੋਂ ਫੱਟੜ ਹੋ ਕੇ ਜਾ ਰਹੇ ਨੇ, ਕਈ ਹਸਪਤਾਲਾਂ 'ਚ ਦਾਖਲ ਕੀਤੇ ਜਾ ਰਹੇ ਨੇ, ਪਰ ਹਾਲਾਤ ਉੱਦਾਂ ਹੀ ਦੇ, ਅਜੇ ਤੱਕ ਗੱਲਬਾਤ ਦਾ ਸਿਲਸਿਲਾ ਨਹੀਂ ਬਣਦਾ। ਤੁਸੀਂ ਕਿੱਦਾਂ ਦੇਖ ਰਹੇ ਹੋ ਅੰਦੋਲਨ ਨੂੰ ਸਾਰੇ? ਤੁਸੀਂ ਤਾਂ ਹੁਣ ਇੱਥੇ ਆਏ ਹੋ, ਵਿਚ ਰਹੇ ਹੋ, ਤੁਸੀਂ ਦੇਖ ਰਹੇ ਹੋ ਸਾਰਾ? ਬਹੁਤ ਗਲਤ ਹੋ ਰਿਹਾ ਜੀ, ਬਹੁਤ ਜ਼ਿਆਦਾ ਗਲਤ ਹੈ, ਇੱਦਾਂ ਕਰਨਾ ਨਹੀਂ ਚਾਹੀਦਾ। ਕਿਸਾਨ ਤਾਂ ਆਪਣੇ ਹੱਕ ਵਾਸਤੇ ਲੜ ਰਿਹਾ ਆ, ਕੋਈ ਚੋਰ ਤਾਂ ਨਹੀਂ ਹੈਗੇ ਆ, ਰਸਤੇ ਨੂੰ ਖੋਲੋ, ਲੰਘਾਓ ਅੱਗੇ, ਜਾਣ ਦਿਓ ਦਿੱਲੀ, ਲਾਉਣ ਦਿਓ ਧਰਨਾ। ਰਸਤਾ ਜੀ ਆਹ ਮੇਨ ਰਸਤਾ ਦਿੱਲੀ ਦਾ, ਹਾਂ, ਇਹ ਸੋਲਾ ਸੰਮਤੀ ਨਾਲ ਇਹਨਾਂ ਨੂੰ ਖੋਲ ਦੇਣਾ, ਜਿਹਦੇ ਰੋਡ ਟੈਕਸ ਹੈ, ਸਭ ਭਰਦੇ ਹੈ, ਇਕੱਲੀ ਸਰਕਾਰ ਦੀਆਂ ਸੜਕਾਂ ਨਹੀਂ ਹੈ, ਪਰ ਜ਼ਿਆਦਾ ਉੱਥੇ ਲੰਘਦੇ ਆ, ਪਰਚੀ ਹਰ ਇੱਕ ਕਟਾਉਂਦਾ, ਇਹ ਰੋਡ ਕਿਉਂ ਬੰਦ ਕਰਦੇ ਹੈ ਇਹਨੇ? ਉਰੇ ਸਾਡੇ ਵੀਰ ਹੈ, ਸਾਡੇ ਬੱਚੇ ਹੈ, ਇਹ ਸਾਡੇ ਬਜ਼ੁਰਗ ਨੇ ਉਰੇ, ਕੀ ਇੱਥੇ ਸਰਕਾਰ ਦੇ ਇੱਥੇ ਗੋਲੇ ਖਾਣ ਨੂੰ ਆਈ ਇਹ? ਇਹਨਾਂ ਨੂੰ ਸਿਰੇ ਜਾਣ ਦਿਓ, ਆਪਣਾ ਹੱਕ ਮੰਗਣ ਦਿਓ, ਇੱਥੇ ਹਰਿਆਣਾ ਸਰਕਾਰ ਦਾ ਤਾਂ ਕੋਈ ਫਰਜ਼ ਨਹੀਂ ਬਣਦਾ ਖੜਨ ਦਾ, ਜਦ ਉੱਥੇ ਟੂਲ ਟੈਕਸ ਦੇ ਪੰਜਾਬ ਦੀ ਪਰਚੀ ਕੱਟਦੀ ਹੈ, ਜਦ ਹਰਿਆਣੇ 'ਚ ਇੰਟਰੀ ਹੁੰਦੀ ਹੈ, ਇਹ ਰੋਡ ਟੈਕਸ ਕਿਉਂ ਲੈਂਦੇ ਆ ਫਿਰ? ਆਪਣਾ ਰਸਤਾ ਬੰਦ ਕਰਕੇ ਖੜ ਗਏ ਇਹ, ਇਹਨਾਂ ਨੂੰ ਮਤਲਬ ਨਹੀਂ ਬਣਦਾ ਹੈ। ਜੇ ਕਦੀ ਇਹਨਾਂ ਨੂੰ ਲੋੜ ਪੈ ਜੇ ਪੰਜਾਬ ਵੱਲ ਆਉਣ ਦੀ, ਜੇ ਅਸੀਂ ਰਸਤਾ ਬੰਦ ਕਰੀਏ, ਸਾਡੀ ਗਲਤੀ ਹੈ ਇਹਦੇ 'ਚ। ਬੀਬੀ ਇੱਕ ਗੱਲ ਆ, ਦੇਖੋ ਜਿਵੇਂ ਕਿ ਗੱਲ ਕਰਨ ਦੇ ਹੀ ਬੜੇ ਧਮਾਕੇ ਹੋਏ ਨੇ, ਗੱਲਾਂ ਤਾਂ ਇੱਥੋਂ ਤੱਕ ਨੇ ਕਿ ਗੋਲੀਆਂ ਵੀ ਚੱਲਦੀਆਂ ਨੇ, ਚੱਲਦੀਆਂ ਉੱਥੋਂ ਹੀ ਆਈਆਂ, ਜਦੋਂ ਧਮਾਕੇ ਚੱਲੇ ਆ ਉੱਥੋਂ ਹੀ ਵਾਪਸ ਆਈਆਂ ਸੀ। ਘਬਰਾਹਟ ਨਹੀਂ? ਹਾਂ, ਘਬਰਾਹਟ ਹੁੰਦੀ ਹੈ, ਸਾਹ ਘੁੱਟਦੇ ਨੇ ਸਾਡੇ ਜਿਹੜੇ ਬੱਚੇ ਨੇ, ਔਰ ਸਾਡੇ ਭਾਈ ਖੜੇ ਨੇ ਉਰੇ, ਹੈ ਸਾਡੇ ਮਾਂ ਬਾਪ ਇੱਥੇ ਖੜੇ ਨੇ, ਵੀ ਉਹ ਦੱਸੋ ਵੀ ਉਰੇ ਬਜ਼ੁਰਗ ਬੰਦੇ ਨੇ ਜਿਹਨਾਂ ਦਾ ਸੱਟਾਂ ਲੱਗਦੇ ਨੇ, ਉਹਨਾਂ ਦਾ ਕੀ ਹਾਲ ਹੈ? ਕਿਆ ਉਹਨਾਂ ਹਰਿਆਣਾ ਸਰਕਾਰ ਦਾ ਮਾਂ ਬਾਪ ਨਹੀਂ ਹੈ? ਜੇ ਉਹਨਾਂ ਨੂੰ ਧੱਕੇ ਮਾਰੀਏ ਅਸੀਂ ਜਾ ਕੇ, ਖੱਟੜ ਹੁਣ ਮਰਿਆ ਵਾ ਕਿਤੇ, ਖੱਟੜ ਕਿਤਾ ਮੁੱਛਾਂ ਵੱਟਣ ਆਇਆ ਸੀ, ਖੱਟੜ ਨੂੰ ਤਾਂ ਫੜੋ ਜਾ ਕੇ, ਛੱਡਣਾ ਨਹੀਂ, ਹਾਂ ਛੱਡਣਾ ਨਹੀਂ, ਖੱਟੜ ਨੂੰ ਤੋੜ ਕੇ ਲੰਘਾਂਗੇ, ਖੱਟੜ ਦੀ ਇੰਟਰੀ ਹੈ ਹਰਿਆਣੇ 'ਚ, ਖੱਟੜ ਖੋਲੇ ਰਸਤਾ ਉਰੇ ਦਾ, ਹਾਂ ਫਿਰ ਮੋਦੀ ਤੱਕ ਪਹੁੰਚਾਂਗੇ। ਰਸਤਾ ਤਾਂ ਖੋਲਦਾ ਨਹੀਂ ਪਿਆ, ਗਾਂ ਉਧਰੋਂ ਗੋਲੇ ਦਾਗੀ ਜਾਂਦੇ, ਗੋਲੇ ਦਾਗੀ ਜਾਂਦੇ ਨੇ, ਜਿਹੜੇ ਸਾਡੇ ਜਵਾਨ ਨੇ ਉਹਨਾਂ ਨੂੰ ਫੱਟੜ ਕਰੀ ਜਾਂਦੇ ਨੇ। ਹਰਿਆਣੇ ਪੰਜਾਬ ਦਾ ਕੀ ਬਾਰਡਰ ਹੈ ਜੋ ਸਭ ਇਤਰ ਬਾਰਡਰਾਂ ਪਰ ਚਲਾਓ, ਜੋ ਜਿਹਨੇ ਸੈਨਿਕਾਂ ਨੂੰ ਮਰੂਆ ਕਾ ਅੱਧਾ ਘੰਟਾ ਖਤਮ ਕਰਦੇ ਆ, ਉੱਥੇ ਉਰਾ ਕਿਉਂ ਦਿਨ ਰਾਤ ਲਗਾਤਾਰ ਗੋਲੇ ਚਲਾ ਰੱਖੇ ਇਹਨਾਂ ਨੇ?
ਇਹ ਤਾਂ ਨਹੀਂ, ਇਹ ਜਿਹੜੇ ਖੜੀ ਆ ਪਬਲਿਕ, ਇਹਨਾਂ ਕੋਲ ਕੋਈ ਹਥਿਆਰ ਤਾਂ ਨਹੀਂ ਹੈ, ਕੋਈ ਗੋਲੀਆਂ ਨਹੀਂ ਲਈ ਖੜੇ ਇਹ, ਵੀ ਇਹ ਗੋਲੀਆਂ ਉਹਨਾਂ ਕੋਲ ਦਾਗਦੇ ਨੇ, ਪਰ ਪਰਾਂ ਤੇ ਗੋਲੀ ਉਰਾਂ ਕਿਉਂ ਆਉਂਦੀ ਹੈ? ਹੁਣ ਤੁਸੀਂ ਉਰੇ ਖੜਨਾ ਹੈ ਕਿਸਾਨਾਂ ਨਾਲ ਕੇ ਵਾਪਸ ਜਾ ਰਹੇ? ਨਹੀਂ ਨਹੀਂ ਜੀ, ਹਮੇ ਤਾਂ ਆਪਣੇ ਜਿਹੜੇ ਭਾਈ ਨੇ ਉਹਨਾਂ ਦੇ ਨਾਲ ਹੈ। ਹਾਂ, ਅਸੀਂ ਕੋਈ ਪਿੱਛਾ ਮੁੜਨੇ ਵਾਲੇ ਨਹੀਂ, ਅਸੀਂ ਇੱਥੇ ਖੜੇਂਗੇ ਜੀ। ਅਸੀਂ ਇੱਥੇ ਖੜਾਂਗੇ, ਅਸੀਂ ਕਿਸੇ ਨੂੰ ਜਾਂਦੇ ਨਹੀਂ, ਅਸੀਂ ਵੀ ਆਪਣੀ ਪੂਰੀ ਜਿੱਤ ਆਪਣੀ ਜਿਹੜੀ ਆਪਣੀ ਯੂਪੀ ਆ ਉਹ ਨਿਭਾਵਾਂਗੇ। ਹਾਂ, ਆਪਣਾ ਸਰਕਾਰ ਤੇ ਹੱਕ ਲੈ ਕੇ ਵਾਪਸ ਜਾਵਾਂਗੇ। ਹਰ ਜਾ ਕੇ ਆਈ ਹੈ, ਪਹਿਲਾਂ ਹੁਣ ਵੀ ਆਵੇਂਗੇ। ਹਾਂ, ਇਹ ਕੁੱਲ ਬੀਬੀਆਂ ਜਿਹੜੀਆਂ ਨੇ ਉਹ ਬਿਲਕੁਲ ਕਹਿ ਰਹੀਆਂ ਨੇ ਕਿ ਹੱਕ ਜਿਹੜਾ ਆ, ਹੱਕ ਲੈ ਕੇ ਵਾਪਸ ਮੁੜਨਾ ਆ, ਹੱਕ ਜਿਹੜਾ ਆ ਆਪਣਾ ਹੈਗਾ, ਉਹ ਪਹਿਲਾਂ ਵੀ ਲੈ ਕੇ ਆਏ ਤੇ ਹੁਣ ਵੀ ਲੈ ਕੇ ਵਾਪਸ ਮੁੜਨਾ, ਭਾਵੇਂ ਜਿੰਨੇ ਮਰਜ਼ੀ ਗੋਲੇ ਦਾਗੇ ਜਾਣ, ਉਸੇ ਥਾਂ ਤੇ ਖੜੋਤੇ ਆ ਤੇ ਖੜੋਤੇ ਰਵਾਂਗਾ, ਉਹਨਾਂ ਦਾ ਸਾਫ਼ ਕਹਿਣਾ ਆ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।